ਕਿਤੇ ਵੀ ਜਾਂਦੇ ਆ, ਮਾਰਕੀਟ ਦੇ ਵਿੱਚ ਜਾਂਦੇ ਆ, ਸਬਜ਼ੀ ਲੈਣ ਜਾਂਦੇ ਆ, ਜਾਂ ਅਸੀਂ ਸ਼ੋਪਿੰਗ ਕਰਨ ਜਾਂਦੇ ਹਾਂ, ਅਗਰ ਤੁਸੀਂ ਔਫੀਸਰ ਹੋ ਤਾਂ ਆਪਣੇ ਔਫਿਸ ਦੇ ਵਿੱਚ ਹੋ, ਅਗਰ ਤੁਸੀਂ ਟੀਚਰ ਹੋ ਤਾਂ ਤੁਸੀਂ ਆਪਣੇ ਕਲਾਸ ਦੇ ਵਿੱਚ ਹੋ, ਆਪਣੇ ਇੰਸਟੀਟਿਊਸ਼ਨ ਦੇ ਵਿੱਚ ਹੋ, ਤਾਂ ਜਿੱਥੇ ਤੁਸੀਂ ਖੜ੍ਹੇ ਕੇ ਗੱਲ ਕਰ ਰਹੇ ਹੋ ਉੱਥੇ ਨਹੀਂ ਹੋ, ਉੱਥੇ ਤੁਹਾਡੇ ਸਿਰਫ ਚੱਜ ਐਂਡ ਅਚਾਰ ਇਹਨਾਂ ਚੀਜ਼ਾਂ ਦਾ ਪਤਾ ਲੱਗਣਾ। ਬਟ ਅਸੀਂ ਕੀ ਕਰਦੇ, ਅਸੀਂ ਆਪਣੀ ਪੋਸਟ ਨੂੰ ਨਾਲ ਕੈਰੀ ਕਰਕੇ ਲੈ ਕੇ ਜਾਂਦੇ ਹਾਂ, ਅਤੇ ਅਗਰ ਕਿਸੇ ਨੂੰ ਨਹੀਂ ਪਤਾ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਦੱਸਣ ਦੀ ਅਤੇ ਦੂਸਰਿਆਂ ਨੂੰ ਮਹਿਸੂਸ ਕਰਵਾਉਣ ਦੀ, ਅਤੇ ਤਾਂ ਕਿ ਸਾਹਮਣੇ ਵਾਲਾ ਜਿਹੜਾ ਸਾਡਾ ਕਿਸੇ ਨਾ ਕਿਸੇ ਤਰੀਕੇ ਨਾਲ ਇਨਫਲੂਐਂਸ ਹੋਵੇ। ਅਗਰ ਕੋਈ ਔਫੀਸਰ ਹੈ ਤਾਂ ਉਹ ਤਾਂ ਓਬਵੀਅਸਲੀ ਹੈ, ਉਹ ਕਦੀ ਕਿਸੇ ਲਾਈਨ ਦੇ ਵਿੱਚ ਨਹੀਂ ਖੜੇਗਾ, ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੇ ਕੰਮ ਖੁਦ ਦੇ ਕਰਨੇ ਬਣਦੇ ਆ ਅਸੀਂ ਉਹਨਾਂ ਨੂੰ ਖੁਦ ਕਰੀਏ ਅਤੇ ਉਹਨਾਂ ਨੂੰ ਖੁਦ ਪਰਫੋਰਮ ਕਰੀਏ, ਅਤੇ ਜਿਵੇਂ ਜੀਵਨ ਹੈ ਉਸਨੂੰ ਪੂਰਾ ਆਨੰਦ ਮਾਰਨ ਦੀ ਕੋਸ਼ਿਸ਼ ਕਰੀਏ, ਜਿਸ ਪੋਸਟ 'ਤੇ ਹੋ ਉਸਦਾ ਪੂਰਾ ਆਨੰਦ ਮਾਰੀਏ, ਅਤੇ ਉਸ ਪੋਸਟ ਦਾ ਜਿਹੜਾ ਬਣਨ ਦੀ ਜ਼ਿੰਮੇਵਾਰੀ ਉਸਨੂੰ ਨਿਭਾਈਏ, ਨਾ ਕਿ ਉਸ ਪੋਸਟ ਦਾ ਨਾਮ ਦੇ ਉੱਪਰ ਚੱਲਦੇ ਜਾਈਏ, ਉਸਨੂੰ ਆਪਣੇ ਦਿਮਾਗ ਦੇ ਵਿੱਚ ਕੈਰੀ, ਕਿਉਂਕਿ ਮੰਨ ਕਈ ਇਹ ਸਾਡੇ ਵਿੱਚ ਰੁਝਾਨ ਇੰਨਾ ਜ਼ਿਆਦਾ ਵੱਧ ਗਿਆ, ਜਿਸ ਮੰਨ ਲਓ ਕਿਸੇ ਦੇ ਕੋਲ ਕਾਰ ਵੀ ਹੈ ਤਾਂ ਕਾਰ ਦੇ ਵਿੱਚ ਖੁਦ ਬਹਿਣਾ ਸੀਗਾ, ਬਟ ਕਾਰ ਬੈਠ ਜਾਂਦੀ ਹੈ ਦਿਮਾਗ ਦੇ ਵਿੱਚ, ਅਤੇ ਇਸੇ ਤਰੀਕੇ ਦੇ ਨਾਲ ਉਹ ਜਿਹੜੀਆਂ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਜਗ੍ਹਾ ਬਣਾਉਂਦੀਆਂ ਜਾਂਦੀਆਂ, ਅਤੇ ਸਾਡੇ ਅੰਦਰ ਇੱਕ ਅਲੱਗ ਐਟੀਚਿਊਡ ਅਤੇ ਅਲੱਗ ਸਾਡਾ ਜਿਹੜਾ ਬਿਹੇਵੀਅਰ ਉਹ ਚੇਂਜ ਕਰਦੀਆਂ, ਇਫੈਕਟ ਕਰਦੀਆਂ, ਅਤੇ ਉਹਨਾਂ ਤੋਂ ਜਦ ਤੱਕ ਅਸੀਂ ਉੱਪਰ ਨਹੀਂ ਉੱਠ ਸਕਦੇ ਤਾਂ ਅਸੀਂ ਥੋੜ੍ਹਾ ਜਿਹਾ ਖੁੱਲ੍ਹ ਕੇ ਨਹੀਂ ਸੋ ਸਕਦੇ, ਤਾਂ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ, ਅਸੀਂ ਸਾਰੀਆਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਆਪਣੇ ਆਪ ਨੂੰ ਥੋੜ੍ਹਾ ਇਲੈਬਰੇਟ ਕਰਨ ਦੀ ਕੋਸ਼ਿਸ਼ ਕਰੀਏ। ਅਤੇ ਤੁਹਾਨੂੰ ਸਾਡੇ ਅੱਜ ਦੇ ਵਿਚਾਰ ਕਿਵੇਂ ਲੱਗੇ ਜ਼ਰੂਰ ਦੱਸਿਓ, ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।